ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੋਰੀ ਨਿੱਜਰ ਦਾ ਜੱਟ ਹੈਗਾ। ਚੌਧਰੀ ਜਿਹੜਾ ਹੈਗਾ ਜੱਟਾਂ ਅਤੇ ਗੁੱਜਰਾਂ ਦਾ ਤਖੱਲਸ ਹੈਗਾ। ਜਿੱਦਾਂ ਖੱਤਰੀਆਂ ਦਾ ਹੈਗਾ ਲਾਲਾ, ਆਪਣੇ ਨਾਂ ਸਤਿਗੁਰੂ ਨਾਨਕ ਦੇਵ ਜੀ ਲਾਲੇ ਸਨ, ਅਤੇ ਅਰੋੜੇ, ਬਾਣੀਆਂ, ਭਾਟੀਆ ਇਹ ਸਾਰੇ ਲਾਲੇ ਹੈਗੇ ਨੇ। ਇਹਨਾਂ ਦੁਕਾਨਦਾਰੀ ਕਰਨੀ ਹੈਗੀ, ਇਹ ਇੰਨੇ ਬਦਨਾਮ ਹੋ ਗਿਆ ਦੁਕਾਨਦਾਰੀ 'ਚ ਕਿ ਬੇਈਮਾਨੀ ਨਾਲ ਕਿ ਇਰਾਨ 'ਚ ਇਹ ਜਦੋਂ ਉੱਥੇ ਕਰਦੇ ਸੀ ਅਤੇ ਬੇਈਮਾਨੀ ਹੈ ਤਾਂ ਉਹ ਇਹਨਾਂ ਨੂੰ ਚੋਰ ਕਹਿੰਦੇ ਸੀਗੇ। ਜਦੋਂ ਪੁੱਛਿਆ ਨਾ ਵੀ ਕੌਣ ਹੁੰਦੇ ਆ, ਕਹਿੰਦੇ ਅਮ ਹਿੰਦੂ ਹੈ, ਅਤੇ ਉੱਥੇ ਫਿਰ ਹਿੰਦੂ ਦਾ ਜਿਹੜਾ ਨਾ ਉੱਥੇ ਜੇ ਕੋਈ ਕਹੇ ਨਾ ਵੀ ਚੋਰ, ਉਹ ਹਿੰਦੂ ਨੂੰ ਚੋਰ ਕਹਿੰਦੇ ਸੀ। ਯਾਨੀ ਕਿ ਇੰਨੇ ਬਦਨਾਮ ਕਰਾੜ ਇਹਨਾਂ ਨੂੰ ਕਹਿੰਦੇ ਨੇ। ਕਦੇ ਸਤਿਗੁਰੂ ਨਾਨਕ ਜੀ ਵੀ ਇਹਨਾਂ ਲਾਲਚੀਆਂ ਦੇ ਘਰ ਆਏ ਨੇ ਕਿ ਲੋਕਾਂ ਨੂੰ ਠੱਗੋ ਨਾ, ਤੁਸੀਂ ਇਮਾਨਦਾਰੀ ਕਰੋ। ਜਿਹੜਾ ਬਿਮਾਰ ਹੋਵੇ ਉਹਨਾਂ ਦੇ ਘਰ ਡਾਕਟਰ ਆਉਂਦਾ, ਜੱਟਾਂ ਦੇ ਨਹੀਂ ਆਇਆ। ਇੱਥੇ ਮੈਂ ਕਰ ਰਿਹਾ ਸਤਿਗੁਰੂ ਅਮਰਦੇਵ ਜੀ ਦੇ ਸਲੋਕ, ਅਤੇ ਇਹ ਹੈਗਾ ਇਹ ਟ੍ਰਿਨਿਟੀ ਹੈਗੀ। ਇਹਦੇ ਨਾਲ ਸਾਰਾ ਤੁਹਾਨੂੰ ਗਿਆਨ ਸਮਝ ਆ ਜਾਏਗਾ ਜੇ ਕੋਈ ਕੋਸ਼ਿਸ਼ ਕਰੇ। ਅਤੇ ਇਹ ਹੈਗੇ ਜਿਹੜੇ ਕਬੀਲੇ ਦੇ ਲੋਕ ਆ, ਕਬੀਲੇ ਦੇ ਲੋਕ ਇਹ ਸਤਿਗੁਰੂ ਅੰਗਦ ਦੇਵ ਜੀ ਕੋਲ ਆਏ। ਕਲਯੁਗ ਜਿਹੜਾ ਹੈਗਾ ਸਤਿਗੁਰੂ ਮਤ ਵੇਲਾ ਹੈਗਾ, ਬ੍ਰਾਹਮਣ ਦਾ ਨਹੀਂ ਵੇਲਾ ਹੈਗਾ। ਬ੍ਰਾਹਮਣ ਗੁਰੂ ਨਹੀਂ ਇੱਥੇ ਕੋਈ ਕੰਮ ਦੇ ਹੈਗੇ। ਸਤਿਗੁਰੂ ਅੰਗਦ ਦੇਵ ਜੀ ਨੇ ਇਹਨਾਂ ਨੂੰ, ਜਿਹਨਾਂ ਦੇ ਹੋਮੇ ਸੀਗੀ ਮਾਰੀ ਉਹਨਾਂ ਦੀ, ਅਤੇ ਕੁਸ਼ਤੀਆਂ ਕਰਾਉਂਦੇ ਸੀ ਅਤੇ ਉਹ ਕਿਸੇ 'ਤੇ ਹੱਥ ਨਹੀਂ ਸੀ ਚੱਕਦੇ, ਅਤੇ ਨਾਲੇ ਉਹਨਾਂ ਦੇ ਜਿਹੜੇ ਗਾਗਰਾਂ ਸੀ ਨਾ ਆਪਣੇ ਮਿੱਟੀ ਦੀ ਉਹ ਭੰਨ ਲੈਂਦੇ ਸੀਗੇ, ਉਹਨਾਂ ਦੇ ਵੱਟੇ ਮਾਰਦੇ ਸੀ, ਸਭ ਕੁਛ ਕਰਦੇ, ਪਰ ਉਹ ਨਹੀਂ ਸੀ ਬੋਲਦੇ ਹੁੰਦੇ। ਇੰਨੇ ਭਲਵਾਨ ਹੁੰਦੇ, ਉਹਨਾਂ ਗੁੱਸਾ ਨਹੀਂ ਆਉਂਦਾ ਸੀਗਾ। ਅਤੇ ਉੱਥੇ ਇੱਕ ਤਪਾ ਸੀਗਾ, ਤਪੇ ਦੇ ਲੋਕ ਮਗਰ ਲੱਗੇ ਸੀ, ਅਤੇ ਸਤਿਗੁਰੂ ਅੰਗਦ ਦੇਵ ਜੀ ਨੇ ਕਿਹਾ ਵੀ ਉਹ ਤਪੇ ਤੋਂ ਨਹੀਂ ਮਿਲਣੀਆਂ ਚੀਜ਼ਾਂ, ਇਹ ਹਰ ਤੋਂ ਮਿਲਣੀਆਂ, ਹਰ ਅਕਾਲ ਪੁਰਖ ਤੋਂ ਮਿਲਣੀਆਂ। ਅਤੇ ਉਹ ਦਿਨ ਉਹਨਾਂ ਨੂੰ ਸਨਮੁੱਖ ਬਣਾਇਆ। ਇੱਥੇ ਦਾ ਇਹ ਹੋ ਸੀਗੇ ਕਿ ਉਹ ਖਿੱਚ ਗਏ ਵੀ ਮੀਂਹ ਨਹੀਂ ਪੈਂਦਾ, ਤਪਾ ਕਹਿੰਦਾ ਮੈਂ ਪ੍ਰਵਾਸਨਾ, ਅਤੇ ਉਹਨਾਂ ਸਤਿਗੁਰੂਆਂ ਨੂੰ ਕੱਢ ਦਿੱਤਾ ਪਿੰਡੋਂ ਵੀ ਤੁਸੀਂ ਇੱਥੋਂ ਨਿਕਲ ਜਾਓ ਜੀ, ਸਾਡੇ ਮੀਂਹ ਨਹੀਂ ਪੈਂਦਾ। ਉਹ ਚਲੇ ਗਏ ਅਤੇ ਫਿਰ ਵੀ ਨਹੀਂ ਮੀਂਹ ਪਿਆ। ਫਿਰ ਉਹਨਾਂ ਨੇ ਬੁਲਾਇਆ ਵਾਪਸ ਵੀ ਉਹਨਾਂ ਨੂੰ ਕਿਉਂ ਕੱਢਿਆ, ਅਤੇ ਜਿਹੜੇ ਸਿਆਰੇ ਸੀ ਨਾ ਉਹਨਾਂ ਨੇ ਵਾਪਸ ਲਿਆਂਦਾ। ਅਤੇ ਇਹ ਸਤਿਗੁਰੂ ਅੰਗਦ ਦੇਵ ਨੇ ਨੀਂਹ ਰੱਖੀ ਸਿੱਖੀ ਦੀ। ਜਦੋਂ ਉਹਨਾਂ ਨੂੰ ਸੁਰਤੀ ਆ ਗਈ ਨਾ, ਪਵਨ ਆਰੰਭ ਸਤਿਗੁਰੂ ਮਤ ਵੇਲਾ ਸ਼ਬਦ ਗੁਰੂ ਸੁਰਤ ਤੁਨ ਚੇਲਾ, ਜਦੋਂ ਸੁਰਤੀ ਆ ਗਈ ਉਹਨਾਂ ਨੇ ਫਿਰ ਸਤਿਗੁਰੂ ਅਮਰਦੇਵ ਜੀ ਦੇ ਹੱਥ ਪੜਾਏ। ਇਹ ਸਿੱਖ ਸੁਰਤੀ ਵਾਲੇ ਸੀਗੇ, ਬਾਲੜੀ, ਯਾਨੀ ਕਿ ਨਵੇਂ ਨਵੇਂ ਬਣੇ ਸੀਗੇ, ਅਤੇ ਇਸ ਕਰਕੇ ਇਹਨਾਂ ਨੂੰ ਬਾਲੜੀ ਕਹਿੰਦੇ ਸੀ। ਇਹਨਾਂ ਨੇ ਜਿਹੜਾ ਨਵਾਂ ਨਵੀਂ ਸੁਰਤੀ ਆਵੇ ਉਹ ਚਤੁਰ ਚਲਾਕ ਹੁੰਦਾ ਹੈਗਾ, ਅਤੇ ਉਹਨਾਂ ਨੂੰ ਕਿਹਾ ਮਾਇਆ ਵੱਲ ਨਾ ਜਾਓ, ਮਾਇਆ ਮਨਮੁੱਖ ਨਾ ਬਣੋ, ਇਹ ਗੁਰਮੁਖ ਬਣੋ। ਇਹ ਸਨਮੁੱਖ ਸੀਗੇ, ਸਨਮੁੱਖ ਤੋਂ ਗੁਰਮੁਖ ਬਣਾਇਆ। ਉਹਨਾਂ ਫਿਰ ਸਤਿਗੁਰੂ ਰਾਮਦਾਸ ਜੀ ਦੇ ਹੱਥ ਫੜਾਏ। ਉਹਨਾਂ ਨੇ ਫਿਰ ਉਹਨਾਂ ਨੂੰ ਕਿਹਾ ਵੀ ਦੁਨੀਆਂ ਦਾ ਮੋਹ ਛੱਡੋ ਅਤੇ ਉੱਦਾਂ ਬਣੋ ਜਿੱਦਾਂ ਸਾਧੂ ਹੁੰਦੇ ਨੇ।
ਬਗੈਰ ਨਿਰੰਕਾਰ ਵੰਗਣ। ਅਤੇ ਇੱਥੇ ਫਿਰ ਸਤਿਗੁਰੂ ਅਰਜਨ ਦੇਵ ਜੀ ਨੇ ਫਲ ਪਾਇਆ ਫਿਰ ਮੋਹ ਛੱਡਣ ਦਾ। ਉਹਨਾਂ ਨੇ ਫਿਰ ਚੌਥੀ ਬਿਰਤੀ 'ਚ ਚਲੇ ਗਏ, ਚਿੱਤ ਬਿਰਤੀ 'ਚ। ਭਗਤ ਭਗਤ ਫਰੀਦ ਭਗਤ ਸਾਰੇ ਭਗਤ ਚਿੱਤ ਬਿਰਤੀ ਦੇ ਹੁੰਦੇ ਨੇ। ਭਗਤ ਕਬੀਰ ਜੀ ਨੇ ਤਾਂ ਕਿਹਾ ਨਾ ਚੌਥੀ ਪਦਵੀ, ਚੌਥੇ ਪਦ ਮੇਰਾ ਹੈਗਾ ਰੂਹ ਦਾ ਸਥਾਨ ਹੁਣ, ਯਾਨੀ ਕਿ ਮੈਂ ਇੱਥੇ ਪਹੁੰਚਿਆ ਹੋਇਆ। ਇਹ ਹੈਗਾ ਹੋਮੇ ਮਨ ਬੁੱਧੀ ਅਤੇ ਚਿੱਤ ਬਿਰਤੀ। ਸੋਚਿਆ ਸੋਚਣਾ ਹੋਈ ਜੇ ਸੋਚੀ ਲਖਵਾਰ, ਛੁਪਿਆ ਚੁੱਪਣਾ ਹੋਈ ਜੇ ਲਹਿਰ ਰਹਾਂ ਕਿ ਲੈ ਰਹਾਂ ਲਵਤਾਰ, ਜਿਹੜੇ ਚਤਰ ਚਲਾਕ ਨੇ। ਅਤੇ ਜਿਹੜੇ ਹੈਗੇ ਗੁਰਮੁਖ ਹੈਗੇ ਨੇ, ਗੁਰ ਅਤੇ ਮੁੱਖ, ਉਹ ਗੁਰਮੁੱਖ, ਗੁਰ ਹੁੰਦਾ ਢੰਗ, ਮੁੱਖ ਹੁੰਦਾ ਮੂੰਹ। ਗੁਰਮੁਖ ਜਿਹੜੇ ਨੇ ਢੰਗ ਨਾਲ ਬੋਲਦੇ ਨੇ, ਸਮਝਾਉਂਦੇ ਨੇ ਅਗਲੇ ਨੂੰ। ਅਤੇ ਇਹ ਹੈਗਾ ਗੁਰਮੁਖ। ਅਤੇ ਇਹ ਹੈਗੇ ਨੇ ਫਿਰ ਚਿੱਤ ਬਿਰਤੀ ਜਿਹੜੇ ਹੁੰਦੇ, ਸਹਿਨਸ਼ਿਆਂ ਪਰ ਲੱਖ ਹੋਣ ਤਾਂ ਇੱਕ ਨਾ ਚੱਲੇ ਨਾਲ। ਦੁਨਿਆਵੀ ਜਿੰਨੀ ਮਰਜ਼ੀ ਸਿੱਖਿਆ ਹੋਵੇ ਉਹ ਨਹੀਂ ਜਾਂਦੀ ਨਾਲ, ਫਿਰ ਤੁਸੀਂ ਅਕਾਲ ਪੁਰਖ ਦੇ ਸਪੋਕਸਮੈਨ ਬਣ ਜਾਂਦੇ ਆ, ਜਿੱਦਾਂ ਧੰਨਾ ਭਗਤ ਬਣ ਗਿਆ ਸੀਗਾ। ਅਤੇ ਇਹ ਹੈਗਾ ਇਹਦਾ ਇਹ ਇੰਟਰੋਡਕਸ਼ਨ। ਜੇ ਤੁਹਾਨੂੰ ਇਹ ਪਹਿਲੀ ਪੌੜੀ ਜਿਹੜੀ ਨਾ ਜਪੀ ਸਾਹਿਬ ਦੀ, ਜੇ ਕਿਤੇ ਉਹ ਪੱਲੇ ਪੈ ਜਾਵੇ ਤਾਂ ਸਾਰਾ ਨਾਮ ਤੁਹਾਨੂੰ ਮਿਲ ਜਾਏਗਾ, ਬਾਈਬਲ ਕੀ ਅਤੇ ਬਾਕੀਆਂ ਸਭ ਤੁਸੀਂ ਵਿਆਖਿਆ ਕਰ ਸਕਦੇ ਹੈਗੇ। ਇੱਥੇ ਮੈਂ ਕਰ ਲੈਗਾ ਸਤਿਗੁਰੂ ਅਮਰਦੇਵ। ਸਤਿਗੁਰੂ ਨੂੰ ਕਹੀਦਾ ਕ੍ਰਾਈਸਟ, ਕ੍ਰਾਈਸਟ ਅਮਰਦੇਵ ਦੇ ਸਲੋਕ ਕਰ ਰਿਹਾ ਹੈਗਾ। ਅਤੇ ਮਹੱਲਾ ਤੀਜਾ ਪੰਨਾ ਹੈਗਾ 500 ਅਤੇ 648। ਨਾਨਕ ਨਾਮੋ ਗੁੱਥਿਆ, ਗੁੱਥਿਆ ਉਹ ਹੁੰਦਾ ਜਿਹੜਾ ਮਨਮੁੱਖ ਬਣ ਜਾਵੇ, ਯਾਨੀ ਕਿ ਦੁੱਧ ਦਾ ਭੰਨੀ ਨਾ ਸਤਿਗੁਰ ਅਮਰਦੇਵ ਜੀ ਨੇ, ਜਿਹੜਾ ਮਨਮੁੱਖ ਬਣ ਜਾਏ ਨਾ ਉਹ ਗੁੱਥਿਆ ਹੁੰਦਾ, ਉਹ ਉੱਥੋਂ ਆਪਣੇ ਆਪ ਜਿਹੜਾ ਨਾ ਪੌੜੀ ਤੋਂ ਥਿੜਕ ਗਿਆ ਹੈਗਾ। ਗੁਰਮੁਖਾਂ ਦੇ ਉਹਨੇ ਉੱਪਰ ਜਾਣਾ, ਗੁਰਮੁਖਾਂ ਨੇ ਉਹ ਥੱਲੇ ਨੂੰ ਥਿੜਕ ਕੇ ਤਾਂ ਆ ਗਿਆ ਮਨਮੁੱਖ ਬਣ ਗਿਆ। ਗੁੱਥਿਆ ਹਲਤ ਪਲਤ ਸਭ ਜਾਏ, ਉਹਦਾ ਸਭ ਕੁਛ ਇੱਥੇ ਅਤੇ ਉੱਪਰ ਵੀ ਸਾਰਾ ਉਹਦੀ ਚਲੀ ਜਾਂਦੀ ਕਮਾਈ, ਉਹਨੂੰ ਕੋਈ ਨਹੀਂ ਪੁੱਛਦਾ। ਜਪ ਤਪ ਸੰਜਮ ਸਭੂ ਹਰੇ ਲਿਆ ਮੁੱਠੀ ਦੂਜੇ ਪਾਏ। ਇਹ ਜਿਹੜੇ ਕੀਤੇ ਸੀ ਨਾ ਤੁਸੀਂ, ਆ ਜਿਹੜਾ ਜਨਮ ਮਿਲਦਾ ਨਾ ਆਦਮੀ ਦਾ, ਕਿਤੇ ਜਪ ਤਪ ਕੀਤੇ ਹੁੰਦੇ ਪਿਛਲੇ ਆਪਣੇ ਜਨਮਾਂ 'ਚ, ਫਿਰ ਇਹ ਮਿਲਦਾ ਹੈਗਾ, ਬੜਾ ਦੁਰਲੱਭ ਹੈਗਾ। ਅਤੇ ਉਹ ਜਿਹੜੇ ਸਾਰੇ ਉਹ ਫਿਰ ਜ਼ਹਿਰ ਚਲੇ ਜਾਂਦੇ, ਤੁਸੀਂ ਆਪਣਾ ਜਿਹੜਾ ਚਾਂਸ ਹੈਗਾ ਮੁਕਤੀ ਦਾ ਖੋਹ ਪੈਂਦੇ ਆ। ਅਤੇ ਇੱਥੇ ਫਿਰ ਤੁਸੀਂ ਇਹ ਜਿਹੜਾ ਇਨਸਾਨ ਦਾ ਜਨਮ ਹੈਗਾ, ਇਹਦੇ 'ਚ ਤੁਹਾਨੂੰ ਮੁਕਤੀ ਦਾ ਆਸਨ ਹੈਗਾ ਇੱਕ। ਅਤੇ ਤੁਸੀਂ ਮਾਇਆ ਦੇ ਮਗਰ ਲੱਗ ਜਾਂਦੇ ਆ, ਉਹ ਮਾਇਆ ਨਹੀਂ ਲੈਣੀ ਅਕਾਲ ਪੁਰਖ ਦੀ, ਦੂਜੀ ਮਾਇਆ ਲੈਣੀ ਜਿਹੜੀ ਕਿ ਚੋਰ ਵੀ ਪੈਂਦੇ ਨੇ ਜਿਹਨੂੰ। ਜਮਦਾਰ ਬੱਧੇ ਮਾਰੀਏ ਬਹੁਤੀ ਮਿਲੇ ਸਜਾਏ, ਫਿਰ ਉਹ ਜੇ ਜਮ ਦੇ ਪੱਲੇ ਚਲੇ ਜਾਂਦੇ ਕਿ ਉਹਨਾਂ ਨੂੰ ਮੁਕਤੀ ਨਹੀਂ ਨਾ ਮਿਲਦੀ। ਜਿਹੜੇ ਗੁਰਮੁਖ ਹੁੰਦੇ ਨੇ ਉਹ ਜਦੋਂ ਇੱਕ ਮਿਕ ਹੋ ਜਾਂਦੇ, ਜਿੱਦਾਂ ਸਤਿਗੁਰੂ ਅਰਜਨ ਦੇਵ ਜੀ ਸੀਗੇ, ਪਾਣੀ ਨਾਲ ਪਾਣੀ ਮਿਲ ਗਿਆ ਸੀ ਨਾ, ਜਲ ਵਿੱਚ ਜਲ ਖਟ ਗਿਆ, ਫਿਰ ਉਹਦੇ 'ਚ ਕੋਈ ਭੇਤ ਨਹੀਂ ਰਹਿੰਦਾ ਅਕਾਲ ਪੁਰਖ ਅਤੇ ਆਦਮੀ 'ਚ। ਅਤੇ ਕਹਿੰਦੇ ਵੀ ਜੇ ਉਹ ਜਿਹੜਾ ਸੀਗਾ ਉਹ ਮਨਮੁੱਖ, ਉਹ ਜਮਦਾਰ ਬੱਧੇ ਉੱਥੇ ਉਹਨੂੰ ਬੰਨ ਲਿਆ। ਜਮ ਕੀ ਹੈਗਾ? ਆ ਮਾਇਆ, ਮਾਇਆ ਦੇ ਬੰਧਨ ਵਿੱਚ ਬੰਨ ਲਿਆ। ਅਤੇ ਮਾਰੀਏ ਬਹੁਤ ਮਿਲੇ ਸਜਾਏ, ਉਹ ਫਿਰ ਆਉਂਦੇ ਨੇ ਡਾਕੂ,
ਲੁੱਟਦੇ ਨੇ ਤੇ ਕੁੱਟਦੇ ਨੇ ਉਹਨੂੰ ਵੀ ਕੱਢ ਮਾਇਆ ਤੇ ਜੰਮ ਉਹ ਇਹ ਜੰਮ ਜੁੰਮ ਇੱਥੇ ਹੀ ਹੈਗੇ ਇਸ ਦੁਨੀਆਂ 'ਚ ਉੱਪਰ ਨਹੀਂ ਹੈਗੇ ਕਿਤੇ ਵੀ। ਸੰਤਾਂ ਨਾਲ ਵੈਲ ਕਮਾਉਂਦੇ ਉਹ ਜਿਹੜੇ ਸੰਤ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਚਲਾਕੀਆਂ ਜਾਂ ਉਹਨਾਂ ਦੇ ਕੰਮ ਹੈਗੇ ਉਹ ਸਪਸ਼ਟ ਕਰਦੇ ਨੇ, ਉਹ ਖੋਲ੍ਹਦੇ ਖੋਲ੍ਹ ਕੇ ਦੱਸਦੇ ਲੋਕਾਂ ਨੂੰ। ਉਹਨਾਂ ਨੂੰ ਗੁੱਸਾ ਚੜ੍ਹਦਾ ਵੀ ਸਾਡੀਆਂ ਇਹ ਸਾਡੇ ਬਰਖਲਾਫ ਬੋਲ ਰਹੇ ਨੇ, ਉਹਨਾਂ ਨਾਲ ਫਿਰ ਇਹਨਾਂ ਦਾ ਵੈਰ ਹੁੰਦਾ। ਅਤੇ ਜਿਹੜੇ ਲੁਟੇਰੇ ਹੁੰਦੇ ਨੇ ਮਨਮੁੱਖ ਉਹ ਇੱਕ ਦੂਜੇ ਨਾਲ ਮਿਲੇ ਹੁੰਦੇ, ਜਿੱਦਾਂ ਪ੍ਰਿਥੀ ਚੰਦ ਸੀਗਾ ਅਤੇ ਚੰਦੂ ਸੀਗਾ, ਇਹ ਮਿਲੇ ਹੋਏ ਸੀਗੇ ਸਤਿਗੁਰੂ ਅਰਜਨ ਦੇਵ ਜੀ ਦੇ ਬਰਖਲਾਫ, ਅਤੇ ਇਸ ਤਰ੍ਹਾਂ ਉਹ ਮਿਲ ਕੇ ਤਾਂ ਬੜੇ ਖੁਸ਼ ਹੁੰਦੇ ਨੇ, ਇੱਕ ਦੂਜੇ ਨੂੰ ਜੱਫੀਆਂ ਪਾਉਂਦੇ ਨੇ। ਅੱਗੇ ਪਿੱਛੇ ਸੁੱਖ ਨਹੀਂ ਮਰ ਜੰਮੇ ਵਾਰੋ ਵਾਰ, ਅੱਗੇ ਪਿੱਛੇ ਜਾ ਅੱਗੇ ਅਕਾਲ ਪੁਰਖ ਦੇ ਪਿੱਛੇ ਆ ਹੈਗਾ ਦੁਨੀਆਂ ਉਹਨੂੰ ਕਹਿੰਦੀ ਹੈ ਮਨਮੁੱਖ ਹੈ, ਉਹਦੇ ਮੂੰਹ ਨਹੀਂ ਕੋਈ ਲੱਗਦਾ, ਇੱਕ ਵਾਰੀ ਲੁੱਟ ਲੂਗਾ ਦੂਜੀ ਵਾਰੀ ਮੂੰਹ ਨਹੀਂ ਲੱਗਦਾ। ਆਹ ਜਿਹੜੀ ਜਿੱਥੇ ਬੈਠਾ ਮੈਂ ਮਨਮੁੱਖ ਇੱਕ ਮਿਲ ਗਿਆ ਸੀਗਾ, ਬੜਾ ਦੋਸਤ ਸੀਗਾ ਆਪਣੇ ਜੱਟ ਹੀ ਸੀਗਾ, ਅਤੇ ਕਹਿੰਦਾ ਤੇਰੀ 5000 ਵਿੱਚ ਬਰਵਾ ਦਿੰਦਾ ਆਹ ਬੈਠਕ, ਅਤੇ ਮੈਂ ਕਿਹਾ ਬਹੁਤ ਸੋਹਣੀ ਹੈ ਕਿ ਕੋਈ 6 ਮੰਗਦਾ ਕੋਈ 7 ਮੰਗਦਾ, ਅਤੇ ਫਿਰ ਉਹ ਬਾਹਲਾ ਕਰਾਉਣ ਸਾਰਾ ਕੁਛ ਕਰਾ ਲਿਆ, ਜਦੋਂ ਕੋਈ 15,000-16,000 ਦਾ ਕਰਾ ਲਿਆ, ਅਤੇ ਫਿਰ ਜਦੋਂ ਹਿਸਾਬ ਕਰਨ ਲੱਗਾ ਫਿਰ ਕਹਿੰਦਾ ਮੈਂ 5 ਕਦੋਂ ਕਿਹਾ ਸੀ ਤਾਂ 7 ਹੈਗੇ ਨੇ। ਮੈਂ ਕਿਹਾ ਤੂੰ 5 ਕਿਹਾ ਸੀ, ਕਹਿੰਦਾ ਜੇ ਗਰੀਬਾਂ ਦੀ ਮਾਰਨੀ ਉਹ ਮਿਹਨਤ ਮਾਰ ਲਓ, ਉਲਾਮਾ ਇੱਦਾਂ ਦਾ ਦਿੱਤਾ। ਮੈਂ ਕਿਹਾ ਤੂੰ ਇੰਨਾ ਤਾਂ ਤੂੰ ਲੈ ਜਾ, ਅਤੇ ਫਿਰ ਹੱਥ ਮਰਾਵੇ, ਮੈਂ ਕਿਹਾ ਹੱਥ ਨਹੀਂ ਮਰਾਉਣੇ ਮੁੰਗਲਾਂ ਕਿੰਨੀਆਂ ਬਾਅਦ ਵਿੱਚ ਤੈਨੂੰ। ਮਨਮੁੱਖ ਇੱਦਾਂ ਉਹ ਸੀਗਾ ਅੰਮ੍ਰਿਤਸਰੀਆ ਅੰਦਰ ਸੜੀਆ, ਅਤੇ ਅੰਮ੍ਰਿਤਸਰ ਦੇ ਲੋਕ ਇੱਦਾਂ ਦੇ ਅੰਦਰ ਸੜੀਏ ਹੈਗੇ ਨੇ। ਤਦੇ ਉੱਥੇ ਹਰਿਮੰਦਰ ਸਾਹਿਬ ਬਣਿਆ, ਇਹ ਹੋਸਪਿਟਲ ਹੈਗਾ ਬਿਮਾਰਾਂ ਦਾ। ਇਹ ਉੱਥੇ ਸਾਊਥ ਇੰਡੀਆ 'ਚ ਕਿਉਂ ਨਹੀਂ ਬਣਿਆ, ਉੱਥੇ ਇਮਾਨਦਾਰ ਲੋਕ ਹੈਗੇ ਨੇ। ਅੱਛਾ, ਵਾਰੋ ਵਾਰ ਤ੍ਰਿਸ਼ਨਾ ਕਦੇ ਨਾ ਬੁੱਝੀ, ਉਹਨਾਂ ਦੀ ਮਾਇਆ ਦੀ ਤ੍ਰਿਸ਼ਨਾ ਨਹੀਂ ਬੁੱਝਦੀ। ਇਹ ਜਿਹੜਾ ਆਦਮੀ ਸੀ ਮਿਲੀਨੀਅਰ ਸੀਗਾ, ਜਿਹਨੇ ਮੇਰਾ ਇੱਦਾਂ ਕੀਤਾ ਮਿਲੀਨੀਅਰ, ਅਤੇ ਇਹ ਇਹਨਾਂ ਦੀ ਸੀਗੀ ਹਾਲਤ। ਉਹਨਾਂ ਦੀ ਜਿਹੜੀ ਤ੍ਰਿਸ਼ਨਾ ਨਹੀਂ ਮਾਇਆ ਦੀ ਬੁੱਝਦੀ ਨਹੀਂ ਹੈਗੀ। ਦੁਬਦਾ ਹੋਏ ਖੁਆਰ, ਉਹ ਦੁਬਦਾ ਉਹ ਸੀਗਾ ਆਪਣੇ ਗੁਰਦੁਆਰੇ ਦਾ ਪ੍ਰੈਜੀਡੈਂਟ ਵੀ ਰਿਹਾ, ਯਾਨੀ ਉੱਧਰ ਵੀ ਲੱਤ ਪਾਈ ਹੋਈ ਅਤੇ ਇੱਧਰ ਵੀ ਮਾਇਆ ਵੱਲ ਵੀ, ਅਤੇ ਉਹ ਗੁਜ਼ਰ ਗਿਆ ਹੁਣ ਵਿਚਾਰਾ। ਮੋਹ ਕਾਲੇ ਤਿੰਨਾਂ ਨਿੰਦਕਾਂ, ਉਹਨਾਂ ਜਿਹੜੇ ਨਿੰਦਕ ਹੈਗੇ ਜਿਹੜੇ ਗੁਰਮੁਖਾਂ ਦੇ ਨਿੰਦਕ ਹੈ, ਉਹਨਾਂ ਦੇ ਮੂੰਹ ਕਾਲੇ ਹੁੰਦੇ ਨੇ ਕਿ ਉਹ ਕਿਸੇ ਨੂੰ ਜਵਾਬ ਨਹੀਂ ਦੇ ਸਕਦੇ, ਅਤੇ ਜਿਹੜਾ ਗੁਰਮੁਖ ਹੁੰਦਾ ਉਹ ਉਹਨੇ ਕੋਈ ਲੁਕੋਇਆ ਨਹੀਂ ਹੁੰਦਾ, ਉਹ ਜੋ ਅੰਦਰ ਉਹ ਬਾਹਰ, ਉਹ ਝੂਠ ਨਹੀਂ ਬੋਲਦਾ, ਕਿਸੇ ਨਾਲ ਕੁਛ ਨਹੀਂ ਧੋਖਾ ਨਹੀਂ ਕਰਦਾ, ਉਹਦਾ ਮੂੰਹ ਚਮਕਦਾ ਹੈਗਾ। ਜਿਹੜਾ ਹੁੰਦਾ ਮਨਮੁੱਖ ਹੁੰਦਾ ਉਹਦਾ ਮੂੰਹ ਕਾਲਾ ਹੁੰਦਾ। ਮੂੰਹ ਕਾਲੇ ਤਿੰਨਾਂ ਨਿੰਦਕਾਂ, ਉਹ ਨਿੰਦਕ ਕਰਦੇ ਗੁਰਮੁਖਾਂ ਦੀ ਸੰਤਾਂ ਦੀ, ਤਿੱਤ ਸੱਚੇ ਦਰਬਾਰੇ ਜਦੋਂ ਅਕਾਲ ਪੁਰਖ ਦੇ ਮੂਹਰੇ ਪੇਸ਼ ਹੁੰਦੇ ਉਹਨਾਂ ਦਾ ਫਿਰ ਬਹੁਤ ਬੁਰਾ ਹਾਲ ਹੁੰਦਾ ਹੈਗਾ। ਐਵਰੀ ਵਨ ਹੈਜ਼ ਟੂ ਗਿਵ ਇਜ਼ ਓਨ ਅਕਾਊਂਟ ਟੂ ਗੋਡ, ਇਹਦੇ 'ਚ ਤੁਹਾਡਾ ਕੋਈ ਹੋਰ ਨਹੀਂ ਦੇ ਸਕਦਾ। ਰਾਧਾ ਸਵਾਮੀ ਵਗੈਰਾ ਹੈਗੇ ਇਹ ਕੰਜਰ ਹੈਗੇ ਨੇ, ਜਿਹੜੇ ਉਹਨਾਂ ਦੇ ਮਗਰ ਲੱਗੀਆਂ ਨਾ ਲੁੱਕ ਲੱਗੇ ਉਹ ਕਮਜਾਤਾਂ ਨੇ, ਕਿ ਉਹਨੇ ਤੁਹਾਡਾ ਹਿਸਾਬ ਕਿਤਾਬ ਨਹੀਂ ਦੇਣਾ, ਤੁਸੀਂ ਆਪ ਦੇਣਾ ਹੈਗਾ।
ਉੱਥੇ ਬੈਠੇ ਆਪੇ ਬੜੇ ਸੁਣਦੇ ਨੇ, ਅਖੀਰ ਜੀ ਬੜੀ ਸ਼ਾਂਤੀ ਹੈਗੀ, ਬੜੇ ਉੱਥੇ ਕੋਈ ਤਿਨਕਾ ਨਹੀਂ ਹੁੰਦਾ, ਉੱਥੇ ਆਹ ਨਹੀਂ ਹੁੰਦਾ, ਕੋਈ ਰੌਲਾ ਨਹੀਂ ਪਾਉਂਦਾ, ਅਤੇ ਇਹ ਵੀ ਕੋਈ ਸ਼ਾਂਤੀ ਹੈਗੀ ਜੇ ਕੋਈ ਸਿੱਖਿਆ ਨਹੀਂ ਹੈਗਾ ਉੱਥੇ ਤੁਸੀਂ। ਅਤੇ ਨਾਨਕ ਨਾਮ ਵਿਹੋਣੀਆ ਨਾ ਔਰ ਵਾਰ ਨਾ ਪਾਰੇ, ਜਿਹੜਾ ਨਾਮ ਦੇ ਬਿਨਾਂ ਨਾ ਤੁਸੀਂ ਉੱਧਰ ਨਹੀਂ ਜਾ ਸਕਦੇ, ਅਕਾਲ ਪੁਰਖ ਦੇ ਘਰ ਵਿੱਚ ਨਹੀਂ ਜਾ ਸਕਦੇ। ਅਕਾਲ ਪੁਰਖ ਤਦੇ ਪਛਾਣੇਗਾ ਤੁਹਾਨੂੰ ਜੇ ਤੁਸੀਂ ਉਹਦੀ ਸਿਫਤਾਂ ਕਰੋਗੇ, ਸਿਫਤ ਸਲਾਹ ਕਰੋਗੇ, ਫਿਰ ਉਹ ਤੁਹਾਨੂੰ ਕਹੇ ਹਾਂ ਇਹ ਮੇਰਾ ਆਦਮੀ ਹੈਗਾ, ਇਹ ਮੇਰਾ ਪੁੱਤਰ ਹੈਗਾ, ਉਹ ਫਿਰ ਤੁਹਾਨੂੰ ਅੰਦਰ ਬੁਲਾ ਲਏਗਾ। ਜੇ ਤੁਸੀਂ ਮਨਮੁੱਖ ਹੈਗੇ ਆ ਤਦ ਉਹਦੇ ਪੁੱਤਰ ਨਹੀਂ ਹੈਗੇ, ਫਿਰ ਸ਼ੈਤਾਨ ਦੇ ਪੁੱਤਰ ਹੈਗੇ, ਫਿਰ ਤੁਸੀਂ ਮਨਮੁੱਖ ਦੇ ਦਰਵਾਜ਼ੇ ਮੋਹਰੇ ਖੜ੍ਹੇ ਹੋ ਜਾ। ਜਿੰਨਾ ਹੈ ਨਾ ਗੁਰਦੁਆਰੇ ਦੇ ਭਾਈ ਹੈਗੇ, ਇੱਕ ਨੰਬਰ ਦਾ ਗ੍ਰੰਥੀ, ਇੱਕ ਨੰਬਰ ਦਾ ਮਨਮੁੱਖ ਹੁੰਦਾ ਹੈਗਾ, ਉਹਨੂੰ ਲੋਕੀ ਕਿ ਕਹਿੰਦੇ ਜੀ ਮੇਰੀ ਅਰਦਾਸ ਕਰਦੇ, ਉਹ ਆਪ ਦਾ ਖੜਾ ਹੈਗਾ ਆਪਣੇ ਸ਼ੈਤਾਨ ਦੇ ਮਨਮੁੱਖ ਹੈਗਾ, ਅਤੇ ਉਹਨੂੰ ਲੋਕੀ ਕਹਿੰਦੇ ਤੂੰ ਅਰਦਾਸ ਕਰਦੇ ਕਿਹਨੂੰ, ਅਕਾਲ ਪੁਰਖ ਨੂੰ। ਉਹ ਕਿੱਦਾਂ ਕਰਦੇ, ਉਹਨੂੰ ਤਾਂ ਉਸ ਘਰ ਦਾ ਪਤਾ ਹੀ ਨਹੀਂ ਹੈਗਾ, ਦਰਵਾਜ਼ੇ ਦਾ ਨਹੀਂ ਪਤਾ ਹੈਗਾ, ਉਹਨੂੰ ਤਾਂ ਪੈਸੇ ਦਾ ਪਤਾ ਹੈਗਾ, ਲਾਲਚ ਅਤੇ ਕਿੱਦਾਂ ਲੋਕਾਂ ਨੂੰ ਲੁੱਟਣਾ ਹੈਗਾ। ਅਤੇ ਇਹ ਹੈਗੀ ਅਕਲ ਲੋਕਾਂ ਦੀ, ਇਹਦੇ 'ਚ ਜਿਹੜਾ ਅੰਤਰਜਾਮੀ ਹੈਗਾ ਉਹਦੇ ਤੁਹਾਨੂੰ ਅਰਦਾਸ ਕਰਾਉਣ ਦੀ ਲੋੜ ਨਹੀਂ ਹੈਗੀ, ਤੁਸੀਂ ਕੰਮ ਸਿੱਧੇ ਕਰੋ, ਉਹ ਹਮੇਸ਼ਾ ਤੁਹਾਡੇ ਨਾਲ ਹੈਗਾ। ਪੌੜੀ ਜੋ ਹਰ ਨਾਮ ਧਿਆਮ ਦੇ ਸਹਿ ਹਰ ਹਰ ਨਾਮ ਰਤੇ ਮਨਮਾਹੀ, ਕਹਿੰਦੇ ਜਿਹੜੇ ਜਿਹੜੇ ਉਹਦਾ ਨਾਮ ਧਿਆਉਂਦੇ ਨੇ, ਜਿਹੜੇ ਗੁਰਮੁਖ ਹੁੰਦੇ ਨੇ ਉਹ ਨਾਮ ਉਹਦਾ ਧਿਆਉਂਦੇ ਨੇ, ਉਹਨਾਂ ਦਾ ਜਿਹੜਾ ਮਨ ਹੈਗਾ ਨਾ ਉਹਦੇ ਨਾਮ ਨਾਲ ਰਤਿਆ ਹੋਇਆ, ਉਹਦੇ ਨਾਮ ਨਾਲ ਰਤਿਆ ਹੋਇਆ ਹੈਗਾ, ਬੜਾ ਹੈਗਾ ਕੀ ਲਾਲ ਲਾਲ ਸੂਹਾ ਹੈਗਾ ਮਨ, ਜਿਹਨਾਂ ਮਨ ਚਿੱਤ ਇੱਕ ਅਰਾਧਿਆ, ਜਿਹਨਾਂ ਨੇ ਮਨ ਵਿੱਚ ਆਪਣੇ ਮਨ ਵਿੱਚ ਅਤੇ ਆਪਣੇ ਚੇਤੇ 'ਚ ਦਿਲ 'ਚ ਇੱਕ ਤੇ ਅਰਾਧਿਆ, ਅਕਾਲ ਪੁਰਖ ਅਰਾਧਿਆ, ਯਾਨੀ ਕਿ ਪੈਸੇ ਦਾ ਨਹੀਂ ਉਹਨਾਂ ਨੂੰ ਲਾਲਚ ਹੈਗਾ। ਤਿੰਨਾਂ ਇੱਕ ਬਿਨ ਦੂਜਾ ਨਾ ਕੋ ਦੂਜਾ ਕੋ ਨਾਹੀਂ, ਜਿਹੜੇ ਗੁਰਮੁਖ ਹੁੰਦੇ ਨੇ ਉਹ ਇੱਕ ਤੇ ਆਉਂਦੇ ਨੇ, ਅਤੇ ਉਹਨਾਂ ਦਾ ਇੱਕੋ ਹੀ ਹੈਗਾ, ਹੋਰ ਨਹੀਂ, ਉਹ ਪੈਸੇ ਦੀ ਨਹੀਂ ਪਰਵਾਹ ਕਰਦੇ, ਦੁੱਖ ਦਾ ਤੂੰ ਉਹ ਛੁੱਟੇ ਹੁੰਦੇ ਨੇ, ਦੁੱਖ ਦਾ ਤੂੰ ਉਹ ਜਿਹੜੇ ਦੁੱਖ ਦਾ ਤੂੰ ਛੁੱਟ ਜਾਣ, ਉਹ ਇੱਕ ਤੇ ਆਉਂਦੇ ਨੇ, ਉਹ ਗੁਰਮੁਖ ਹੁੰਦੇ ਨੇ। ਉਹ ਹੁੰਦਾ ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾ ਪੁਰੀਆ ਪਾਰ, ਉਹਨਾਂ ਨੂੰ ਨਾਮ ਦੀ ਭੁੱਖ ਹੁੰਦੀ ਹੈਗੀ, ਉਹਦੇ ਨਾਲ ਉਹ ਰਜਦੇ ਨੇ, ਅਤੇ ਉਹਨਾਂ ਨੂੰ ਪੈਸੇ ਦੀ ਭੁੱਖ ਨਹੀਂ ਹੁੰਦੀ। ਅਤੇ ਸਹੀ ਪੁਰਖ ਹਰ ਸੇਵ ਦੇ ਜਿਨ ਦੁਰ ਮਸਤਿਕ ਲੇਖ ਲਿਖਾਹੀ, ਉਹੀ ਆਦਮੀ ਪੁਰਖ ਆਦਮੀ ਹੋਵੇ ਜਾਂ ਔਰਤ ਹੋਵੇ, ਇਹਦੇ 'ਚ ਅਕਾਲ ਪੁਰਖ 'ਚ ਰੂਹ ਦਾ ਤੁਲਕ ਹੈਗਾ, ਰੂਹ ਜਿਹੜੀ ਹੈਗੀ ਇਹਦਾ, ਇਹ ਨਾ ਔਰਤ ਹੈਗੀ ਨਾ ਆਦਮੀ ਹੈਗੀ, ਠੀਕ ਹੈ ਨਾ। ਇਹ ਜਿਹੜੇ ਗਿਆਨ ਹੈਗਾ ਇਹ ਸਾਰਿਆਂ ਲਈ ਇੱਕੋ ਜਿਹਾ ਹੈਗਾ, ਔਰਤ ਹੋਵੇ ਜਾਂ ਆਦਮੀ ਹੋਵੇ ਜਾਂ ਕੋਈ ਹੋਰ ਕੋਈ ਹੋਵੇ, ਸਾਰਿਆਂ ਲਈ ਇੱਕੋ ਹੀ ਹੈਗਾ ਗਿਆਨ। ਸਹੀ ਪੁਰਖ ਹਰ ਸੇਵ ਦੇ ਜਿਨ ਦੁਰਮਸਤਿਕ ਲੇਖ ਲਿਖਾਹੀ, ਉਹੀ ਉਹਨੂੰ ਸੇਵਦੇ ਨੇ, ਉਹੀ ਅਕਾਲ ਪੁਰਖ ਦੀ ਸੇਵਾ ਕਰਦੇ ਨੇ, ਗੁਣ ਗਾਉਂਦੇ ਨੇ, ਜਿਹਨਾਂ ਦੇ ਮਸਤਕ 'ਚ ਲਿਖਿਆ ਆਇਆ ਪਹਿਲਾਂ ਹੀ ਧੁਰ ਤੂੰ। ਹਰ ਕੇ ਗੁਣ ਨਿੱਤ ਗਾਵਦੇ, ਉਹ ਹਰ ਵੇਲੇ ਉਹਦੇ ਗੁਣ ਗਾਉਂਦੇ ਨੇ, ਹਰ ਗੁਣ ਗਾਏ ਗੁਣੀ ਸਮਝਾਹੀ,
ਹਰ ਗੁਣ ਗਾ ਕੇ ਨਾ ਫਿਰ ਲੋਕਾਂ ਨੂੰ ਸਮਝਾਉਂਦੇ ਨੇ ਵੀ ਆਹ ਮਤਲਬ ਹੈਗਾ ਇਹ ਤਾਂ, ਐਵੇਂ ਨਹੀਂ ਉਹ ਬੋਲੀ ਜਾਂਦੇ, ਯਾਨੀ ਕਿ ਉਹ ਸੁਰ ਨਾਲ। ਗੁਰਮੁਖ ਹੁੰਦਾ ਗੁਰ, ਹੁੰਦਾ ਢੰਗ, ਮੁੱਖ ਹੁੰਦਾ ਮੂੰਹ, ਉਹ ਢੰਗ ਨਾਲ ਸਮਝਾਉਂਦੇ ਨੇ ਅਗਲੇ ਨੂੰ ਵੀ ਆਹ ਮਤਲਬ ਇਹਦਾ ਇੱਦਾਂ ਇਸ ਬਾਣੀ ਦਾ। ਇੱਦਾਂ ਨਹੀਂ ਤੋਤੇ ਵਾਂਗ ਪੜ੍ਹੀ ਜਾਂਦੇ, ਜਿੱਦਾਂ ਜੀ ਮੈਂ ਖੰਡ ਪਾਠ ਕਰ ਰਖਾ ਰਿਹਾ ਹੈਗਾ, ਉੱਥੇ ਦੁਕਾਨਾਂ 'ਤੇ ਬੈਠੇ ਲੁੱਟਦੇ ਨੇ ਲੋਕਾਂ ਨੂੰ, ਬੇਈਮਾਨੀਆਂ ਕਰਦੇ ਨੇ, ਫਿਰ ਬਾਅਦ ਵਿੱਚ ਅਖੰਡ ਪਾਠ ਜੀ 3 ਕਿਰਾਏ ਸੀ ਇਸ ਸਾਲ, ਇੰਨੇ ਕਿਰਾਏ ਸੀ, ਪੱਲੇ ਇੱਕ ਵੀ ਨਹੀਂ ਪੈਂਦੀ ਚੀਜ਼ ਉਹਨਾਂ ਦੀ। ਇਹ ਹੈਗੀ ਉਹਨੂੰ ਵੱਡੀ ਦੇਣੀ ਅਕਾਲ ਪੁਰਖ ਨੂੰ। ਅਕਾਲ ਪੁਰਖ ਵੱਡੀ ਨਹੀਂ ਮੰਗਦਾ, ਵਡਿਆਈ ਵੱਡੀ ਗੁਰਮੁਖਾਂ ਦੇਖਿਆ, ਗੁਰਮੁਖ ਹੁੰਦੇ ਜਿਹੜੇ ਸੀਲ ਟੂ ਸਰਵ ਗੋਡ। ਵਡਿਆਈ ਵੱਡੀ ਗੁਰਮੁਖਾਂ, ਗੁਰਪੂਰੇ ਹਰ ਨਾਮ ਸਮਾਹੀ। ਗੁਰਪੂਰੇ ਹੈਗਾ, ਗੁਰਪੂਰਾ ਜਿਹੜਾ ਸਤ ਗੁਰੂ ਹੈਗਾ, ਜਿਹੜਾ ਸਤ ਦਾ ਗੁਰ ਜਾਣੇ, ਸਤ ਸਤਪੁਰਖ ਜੇ ਜਾਣਿਆ ਸਤਿਗੁਰ ਤਿਸਕਾ ਨਾਉ। ਉਹ ਜਿਹੜਾ ਆਦਮੀ ਮੇਰੇ ਆਹ ਜਿਹੜਾ ਨਾ ਆਪਣੇ ਹਰਿਮੰਦਰ ਹੈਗਾ ਨਾ, ਇਹਦੇ 'ਚ ਜਿਹੜਾ ਅੰਦਰ ਬੈਠਾ ਨਾ, ਇਹਨੂੰ ਕਹਿੰਦਾ ਇਨਰ ਮੈਨ। ਇਨਰ ਮੈਨ ਨੂੰ ਕਹਿੰਦੇ ਕ੍ਰਾਈਸਟ, ਕ੍ਰਾਈਸਟ ਨੂੰ ਕਹਿੰਦੇ ਸਤਿਗੁਰੂ। ਇਹ ਸਤਿਗੁਰੂ ਅੰਦਰ ਬੈਠਾ ਹੈਗਾ, ਇਹਨੇ ਖਜ਼ਾਨੇ ਸਾਰੇ ਅੰਦਰੋਂ ਹੀ ਲੈਣੇ ਨੇ, ਬਾਹਰੋਂ ਨਹੀਂ ਕਿਤੇ ਇਹਨੂੰ ਲੋੜ ਹੈਗੀ। ਇਹੋ ਹੀ ਕਾਇਆ ਜਿਹੜੀ ਹੈਗੀ, ਇਹੋ ਹੀ ਖਾਨ ਹੈਗੀ ਇਹ ਨਾਮ ਦੀ, ਇਸ ਕਾਇਆ 'ਚ ਉਹਨੇ ਕੱਢਣੇ ਸਾਰੇ। ਕਾਇਆ ਨੇ ਫਿਰ ਬੁਲਾਉਣਾ ਉਹਨੂੰ। ਗੁਰਮੁਖਾਂ ਗੁਰਪੂਰੇ ਹਰ ਨਾਮ ਸਮਾਹੀ, ਉਹ ਪੂਰੇ ਉਹਦੇ ਨਾਲ ਉਹਦੇ ਨਾਮ ਵਿੱਚ ਉਹ ਮਸਤ ਹੈਗੇ ਨੇ। ਉਹਨਾਂ ਨੂੰ ਹੋਰ ਕੁਛ ਨਹੀਂ ਹੈਗਾ, ਇੱਕ ਉਹਦਾ ਨਾਮ ਹੀ ਚਾਹੀਦਾ ਹੈਗਾ। ਜਿਹੜੇ ਗੁਰਮੁਖ ਹੈਗੇ ਨੇ ਉਹ ਹੈਗੇ ਨਾ ਇਹੋ ਸੀਲ ਟੂ ਸਰਵ ਗੋਡ, ਆਹ ਜਿਹੜੇ ਨਾ ਇਹ ਗੁਰਮੁਖ ਹੈਗੇ ਨੇ। ਆਹ ਜਿਹੜਾ ਹੈਗੀ ਐਰੋ ਹੈਗੇ ਨਾ, ਸੁਣਦੇ ਵੀ ਹੈਗੇ ਤੇ ਬੋਲਦੇ ਵੀ ਹੈਗੇ। ਆਹ ਸਨਮੁਖ ਹੈਗਾ, ਸੁਣਦਾ ਬੋਲਦਾ ਨਹੀਂ ਹੈਗਾ। ਇਹਨੂੰ ਕਹਿੰਦੇ ਪੁਟਿੰਗ ਲਾਈਟ ਅੰਡਰ ਬੁਸ਼ਲ, ਹੈਗਾ ਪੁਟਿੰਗ ਲਾਈਟ ਔਨ ਲੈਂਪ ਸਟੈਂਡ, ਬੋਲਦੇ ਨੇ। ਤੇ ਇਹ ਹੈਗੇ ਗੁਰਮੁਖ, ਇਹ ਸਮਝਾਉਂਦੇ ਲੋਕਾਂ ਨੂੰ ਵੀ ਇੱਦਾਂ ਹੈਗਾ, ਜੋ ਇਹਨਾਂ ਨੇ ਢੰਗ ਨਾਲ ਸਿੱਖਿਆ ਹੈਗਾ, ਢੰਗ ਨਾਲ ਹੀ ਇਹ ਗਾਉਂਦੇ ਨੇ, ਐਵੇਂ ਨਹੀਂ ਆਲਪਤਾਲ ਬੋਲੀ ਜਾਂਦੇ। ਜਿਹੜਾ ਮੂੰਹ 'ਚੋਂ ਇਹਨਾਂ 'ਚ ਨਿਕਲਦੀ ਬਾਣੀ, ਉਹਨਾਂ ਨੂੰ ਮਤਲਬ ਆਉਂਦਾ ਉਹਦਾ ਵੀ ਇਹਦਾ ਮਤਲਬ ਕੀ ਹੈਗਾ। ਅਤੇ ਫਿਰ ਉਹਨਾਂ ਸਮਝ ਆਉਣ ਕਰਕੇ ਉਹ ਫਿਰ ਉਹਨਾਂ ਦੇ ਆਪੇ ਹੀ ਟਿੱਕ ਜਾਂਦੀ ਮਨ ਵਿੱਚ। ਅਤੇ ਇਹ ਜਿਹੜੇ ਹੁੰਦੇ ਚੌਥੀ ਬਿਰਤੀ ਦੇ ਸਭ ਭਗਤ ਹੁੰਦੇ ਨੇ, ਇਹ ਤਾਂ ਇਹਨਾਂ ਨੂੰ ਤਾਂ ਸੋਚਣ ਦੀ ਲੋੜ ਹੀ ਨਹੀਂ, ਕਿਉਂ ਅਕਾਲ ਪੁਰਖ ਦੇ ਉਹ ਹੁੰਦੇ ਬੁਲਾਰੇ। ਜਿੰਨਾ ਉਹ ਬੁਲਾਉਂਦਾ ਉੱਦਾਂ ਹੀ ਬੋਲਦੇ ਨੇ। ਸਹਿਣ ਸਿਆਪਾਂ ਲੱਖ ਹੋਣ ਤਾਂ ਇੱਕ ਨਾ ਚੱਲੇ ਨਾਲ, ਜਿੰਨੀਆਂ ਮਰਜ਼ੀ ਸਿਆਣਪਾਂ ਹੋਣ ਦੁਨੀਆਂ ਦੀਆਂ ਉਹਦੇ ਨਾਲ ਚੱਲਦੀਆਂ, ਉਹਦੀ ਸਿਆਣਪ ਫਿਰ ਤੁਸੀਂ ਚੱਲਦੇ ਆ ਅਕਾਲ ਪੁਰਖ ਦੀ ਨਾਲ। ਇਹ ਹੈਗਾ ਇਹਦੀ ਵਿਆਖਿਆ, ਬਹੁਤ ਉੱਦਾਂ ਮਜ਼ੇਦਾਰ ਹੈਗਾ, ਲੇਕਿਨ ਇਹਦਾ ਕੋਈ ਗਾਹਕ ਹੀ ਨਹੀਂ ਹੈਗਾ। ਅਤੇ ਸਾਨੂੰ ਕਿਹੜੀ ਲੋੜ ਹੈ, ਜੱਟ ਦਾ ਕਿਹੜਾ ਗੱਡਾ ਅੜਿਆ ਹੋਇਆ। ਜੇ ਕਿਸੇ ਨੇ ਸਿੱਖਣਾ ਤਾਂ ਆਪੇ ਕੋਸ਼ਿਸ਼ ਕਰੋ, ਸਿੱਖੂਗਾ, ਜਿਹਦੇ ਭਾਗਾਂ 'ਚ ਉਹ ਮਿਲੂਗਾ।